ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਮਾਨਹਾਨੀ ਦਾ ਕੇਸ ਕੀਤਾ ਸੀ ਜਿਹਦਾ ਤੁਸੀਂ ਸਮਝਦੇ ਹੋ ਸੁਖਬੀਰ ਬਾਦਲ ਦਾ ਮਾਨ ਹੈਗਾ ਹੈ, ਜਿਹਦਾ ਮਾਨ ਹੋਵੇ, ਜਿਹਦਾ ਮਾਨ ਬਚਿਆ ਹੋਵੇ ਉਹ 'ਤੇ ਮਾਨਹਾਨੀ ਦਾ ਮੁਕੱਦਮਾ ਕੀਤਾ ਜਾ ਸਕਦਾ? ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਸਾਹਿਬ ਜਾਂ ਹੋਰ ਸਾਰਿਆਂ ਦਾ ਮਾਨ ਬਚਿਆ ਕਿੱਥੇ ਆ? ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਮਾਨਹਾਨੀ ਦਾ ਕੇਸ ਕੀਤਾ ਸੀ ਜਿਹਦਾ ਤੁਸੀਂ ਸਮਝਦੇ ਹੋ ਸੁਖਬੀਰ ਬਾਦਲ ਦਾ ਮਾਨ ਹੈਗਾ ਹੈ, ਜਿਹਦਾ ਮਾਨ ਹੋਵੇ, ਜਿਹਦਾ ਮਾਨ ਬਚਿਆ ਹੋਵੇ ਉਹ 'ਤੇ ਮਾਨਹਾਨੀ ਦਾ ਮੁਕੱਦਮਾ ਕੀਤਾ ਜਾ ਸਕਦਾ? ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਸਾਹਿਬ ਜਾਂ ਹੋਰ ਸਾਰਿਆਂ ਦਾ ਮਾਨ ਬਚਿਆ ਕਿੱਥੇ ਆ? ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਮਾਨਹਾਨੀ ਦਾ ਕੇਸ ਕੀਤਾ ਸੀ ਜਿਹਦਾ ਤੁਸੀਂ ਸਮਝਦੇ ਹੋ ਸੁਖਬੀਰ ਬਾਦਲ ਦਾ ਮਾਨ ਹੈਗਾ ਹੈ, ਜਿਹਦਾ ਮਾਨ ਹੋਵੇ, ਜਿਹਦਾ ਮਾਨ ਬਚਿਆ ਹੋਵੇ ਉਹ 'ਤੇ ਮਾਨਹਾਨੀ ਦਾ ਮੁਕੱਦਮਾ ਕੀਤਾ ਜਾ ਸਕਦਾ? ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਸਾਹਿਬ ਜਾਂ ਹੋਰ ਸਾਰਿਆਂ ਦਾ ਮਾਨ ਬਚਿਆ ਕਿੱਥੇ ਆ? ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਮਾਨਹਾਨੀ ਦਾ ਕੇਸ ਕੀਤਾ ਸੀ ਜਿਹਦਾ ਤੁਸੀਂ ਸਮਝਦੇ ਹੋ ਸੁਖਬੀਰ ਬਾਦਲ ਦਾ ਮਾਨ ਹੈਗਾ ਹੈ, ਜਿਹਦਾ ਮਾਨ ਹੋਵੇ, ਜਿਹਦਾ ਮਾਨ ਬਚਿਆ ਹੋਵੇ ਉਹ 'ਤੇ ਮਾਨਹਾਨੀ ਦਾ ਮੁਕੱਦਮਾ ਕੀਤਾ ਜਾ ਸਕਦਾ? ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਸਾਹਿਬ ਜਾਂ ਹੋਰ ਸਾਰਿਆਂ ਦਾ ਮਾਨ ਬਚਿਆ ਕਿੱਥੇ ਆ? ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਮਾਨਹਾਨੀ ਦਾ ਕੇਸ ਕੀਤਾ ਸੀ ਜਿਹਦਾ ਤੁਸੀਂ ਸਮਝਦੇ ਹੋ ਸੁਖਬੀਰ ਬਾਦਲ ਦਾ ਮਾਨ ਹੈਗਾ ਹੈ, ਜਿਹਦਾ ਮਾਨ ਹੋਵੇ, ਜਿਹਦਾ ਮਾਨ ਬਚਿਆ ਹੋਵੇ ਉਹ 'ਤੇ ਮਾਨਹਾਨੀ ਦਾ ਮੁਕੱਦਮਾ ਕੀਤਾ ਜਾ ਸਕਦਾ? ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਸਾਹਿਬ ਜਾਂ ਹੋਰ ਸਾਰਿਆਂ ਦਾ ਮਾਨ ਬਚਿਆ ਕਿੱਥੇ ਆ? ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਮਾਨਹਾਨੀ ਦਾ ਕੇਸ ਕੀਤਾ ਸੀ ਜਿਹਦਾ ਤੁਸੀਂ ਸਮਝਦੇ ਹੋ ਸੁਖਬੀਰ ਬਾਦਲ ਦਾ ਮਾਨ ਹੈਗਾ ਹੈ, ਜਿਹਦਾ ਮਾਨ ਹੋਵੇ, ਜਿਹਦਾ ਮਾਨ ਬਚਿਆ ਹੋਵੇ ਉਹ 'ਤੇ ਮਾਨਹਾਨੀ ਦਾ ਮੁਕੱਦਮਾ ਕੀਤਾ ਜਾ ਸਕਦਾ? ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਸਾਹਿਬ ਜਾਂ ਹੋਰ ਸਾਰਿਆਂ ਦਾ ਮਾਨ ਬਚਿਆ ਕਿੱਥੇ ਆ? ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਮਾਨਹਾਨੀ ਦਾ ਕੇਸ ਕੀਤਾ ਸੀ ਜਿਹਦਾ ਤੁਸੀਂ ਸਮਝਦੇ ਹੋ ਸੁਖਬੀਰ ਬਾਦਲ ਦਾ ਮਾਨ ਹੈਗਾ ਹੈ, ਜਿਹਦਾ ਮਾਨ ਹੋਵੇ, ਜਿਹਦਾ ਮਾਨ ਬਚਿਆ ਹੋਵੇ ਉਹ 'ਤੇ ਮਾਨਹਾਨੀ ਦਾ ਮੁਕੱਦਮਾ ਕੀਤਾ ਜਾ ਸਕਦਾ? ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਸਾਹਿਬ ਜਾਂ ਹੋਰ ਸਾਰਿਆਂ ਦਾ ਮਾਨ ਬਚਿਆ ਕਿੱਥੇ ਆ? ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਮਾਨਹਾਨੀ ਦਾ ਕੇਸ ਕੀਤਾ ਸੀ ਜਿਹਦਾ ਤੁਸੀਂ ਸਮਝਦੇ ਹੋ ਸੁਖਬੀਰ ਬਾਦਲ ਦਾ ਮਾਨ ਹੈਗਾ ਹੈ, ਜਿਹਦਾ ਮਾਨ ਹੋਵੇ, ਜਿਹਦਾ ਮਾਨ ਬਚਿਆ ਹੋਵੇ ਉਹ 'ਤੇ ਮਾਨਹਾਨੀ ਦਾ ਮੁਕੱਦਮਾ ਕੀਤਾ ਜਾ ਸਕਦਾ? ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਸਾਹਿਬ ਜਾਂ ਹੋਰ ਸਾਰਿਆਂ ਦਾ ਮਾਨ ਬਚਿਆ ਕਿੱਥੇ ਆ? ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਮਾਨਹਾਨੀ ਦਾ ਕੇਸ ਕੀਤਾ ਸੀ ਜਿਹਦਾ ਤੁਸੀਂ ਸਮਝਦੇ ਹੋ ਸੁਖਬੀਰ ਬਾਦਲ ਦਾ ਮਾਨ ਹੈਗਾ ਹੈ, ਜਿਹਦਾ ਮਾਨ ਹੋਵੇ, ਜਿਹਦਾ ਮਾਨ ਬਚਿਆ ਹੋਵੇ ਉਹ 'ਤੇ ਮਾਨਹਾਨੀ ਦਾ ਮੁਕੱਦਮਾ ਕੀਤਾ ਜਾ ਸਕਦਾ? ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਸਾਹਿਬ ਜਾਂ ਹੋਰ ਸਾਰਿਆਂ ਦਾ ਮਾਨ ਬਚਿਆ ਕਿੱਥੇ ਆ? ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਮਾਨਹਾਨੀ ਦਾ ਕੇਸ ਕੀਤਾ ਸੀ ਜਿਹਦਾ ਤੁਸੀਂ ਸਮਝਦੇ ਹੋ ਸੁਖਬੀਰ ਬਾਦਲ ਦਾ ਮਾਨ ਹੈਗਾ ਹੈ, ਜਿਹਦਾ ਮਾਨ ਹੋਵੇ, ਜਿਹਦਾ ਮਾਨ ਬਚਿਆ ਹੋਵੇ ਉਹ 'ਤੇ ਮਾਨਹਾਨੀ ਦਾ ਮੁਕੱਦਮਾ ਕੀਤਾ ਜਾ ਸਕਦਾ? ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਸਾਹਿਬ ਜਾਂ ਹੋਰ ਸਾਰਿਆਂ ਦਾ ਮਾਨ ਬਚਿਆ ਕਿੱਥੇ ਆ?